ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਅਸੀਂ ਜਿਹੜਾ ਅੱਜ ਡਿਜ਼ਾਇਨ ਦਿਖਾਉਣ ਲੱਗੇ ਹਾਂ ਤੁਹਾਨੂੰ, ਉਹ ਇੱਕ ਸਿਲਾਈ ਦਾ ਡਿਜ਼ਾਇਨ ਹੈ ਜੀ। ਅਤੇ ਦੇਖੋ ਕਿੰਨਾ ਪਿਆਰਾ ਬਣਦਾ, ਬਹੁਤ ਹੀ ਸੋਹਣਾ ਲੱਗਦਾ ਇਹ। ਸਾਰੀ ਜਾਕਟ ਦੇ ਉੱਪਰ ਇਸ ਤਰ੍ਹਾਂ ਬਣਿਆ ਹੋਇਆ। ਇਹ ਇੱਕ ਸਿਲਾਈ ਦਾ ਡਿਜ਼ਾਇਨ ਹੈ ਜੀ, ਅਤੇ ਦੇਖੋ ਇਹ ਬਣਦਾ ਕਿਵੇਂ ਹੈ। ਪਹਿਲਾ ਕੁੰਡਾ ਅਸੀਂ ਇਸ ਤਰ੍ਹਾਂ ਲਾ ਲੈਣਾ, ਇਹਨਾਂ ਦੋ ਕੁੰਡਿਆਂ ਦਾ ਇੱਕ ਕਰਨਾ ਅਸੀਂ ਇਸੇ ਤਰ੍ਹਾਂ। ਫਿਰ ਅੱਗੇ ਧਾਗਾ ਕਰਕੇ ਇਹਨੂੰ ਬੁਣ ਲੈਣਾ ਸਿੱਧਾ, ਫਿਰ ਅੱਗੇ ਧਾਗਾ ਕਰਾਂਗੇ, ਫਿਰ ਅਸੀਂ ਇਸ ਨੂੰ ਇੱਥੇ ਸਿਲਾਈ ਤੋਂ ਉਤਾਰਨਾ ਕੁੰਡਿਆਂ ਨੂੰ, ਇਸ ਤਰ੍ਹਾਂ ਉਲਟਾ ਕੇ ਇਹਨਾਂ ਨੂੰ ਬੁਣ ਲੈਣਾ। ਆਹ ਸਾਡੇ ਪੰਜ ਕੁੰਡੇ ਆ ਜਿਹੜੇ, ਇਹ ਪੁੱਠੇ ਜਾਣਗੇ। ਇਹ ਸਿੱਧੀ ਸਿਲਾਈ ਦੇ ਵਿੱਚ ਪੁੱਠੇ ਪੈਂਦੇ ਆ, ਪੁੱਠੀ ਸਿਲਾਈ ਹੈ ਜਿਹੜੀ ਸਾਡੀ, ਸਾਰੀ ਪੁੱਠੀ ਦੀ ਪੁੱਠੀ ਪੈਂਦੀ ਹੈ। ਇਸੇ ਤਰ੍ਹਾਂ ਅਸੀਂ ਆਹ ਜਿਹੜੇ ਕੁੰਡੇ ਆ ਇਹਨਾਂ ਨੂੰ ਐਂ ਸਿੱਧੇ ਬੁਣ ਲਾਂਗੇ, ਦੋਵਾਂ ਦਾ ਇੱਕ ਕਰਾਂਗੇ, ਅੱਗੇ ਧਾਗਾ ਕਰਕੇ ਇਹ ਕੁੰਡੇ ਨੂੰ ਅਸੀਂ ਬੁਣ ਲੈਣਾ। ਇੱਥੇ ਇਹ ਮੋਰੀ ਬਣ ਜੂਗੀ, ਇਹ ਧਾਗਾ ਅੱਗੇ ਕਰਾਂਗੇ, ਇਹਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਉਲਟਾ ਕੇ ਫਿਰ ਅਸੀਂ ਇਸੇ ਤਰ੍ਹਾਂ ਬੁਣ ਲੈਣਾ ਇਹਨੂੰ। ਆ ਫਿਰ ਪੰਜ ਕੁੰਡੇ ਜਿਹੜੇ ਸਾਡੇ, ਇਹ ਪੁੱਠੇ ਪੈਣਗੇ। ਫਿਰ ਅਸੀਂ ਇੱਥੇ ਦੋਵਾਂ ਦਾ ਇੱਕ ਕਰਾਂਗੇ ਇਸ ਤਰ੍ਹਾਂ, ਅੱਗੇ ਧਾਗਾ ਕਰਕੇ ਇਸ ਕੁੰਡੇ ਨੂੰ ਅਸੀਂ ਬੁਣ ਲੈਣਾ, ਫਿਰ ਅੱਗੇ ਧਾਗਾ ਕਰਕੇ ਇਹਨਾਂ ਕੁੰਡਿਆਂ ਨੂੰ ਉਲਟਾ ਲੈਣਾ ਅਸੀਂ, ਉਲਟਾ ਕੇ ਇੱਥੇ ਫਿਰ ਇੱਕ ਮੋਰੀ ਬਣ ਜੂਗੀ। ਇੱਕ ਇੱਥੇ ਮੋਰੀ ਬਣਦੀ ਹੈ, ਇੱਕ ਇੱਥੇ, ਇਹ ਦੋਵਾਂ ਦਾ ਇੱਕ ਹੋ ਜਾਂਦਾ ਦੋਨੀਂ ਸਾਈਡਾਂ 'ਤੇ। ਅਤੇ ਇਹ ਜਿਹੜਾ ਡਿਜ਼ਾਇਨ ਹੈਗਾ ਹੁਣ ਨਹੀਂ ਪੈਣਾ, ਜਿਨ੍ਹਾਂ ਦੇ ਅਸੀਂ ਡਿਜ਼ਾਇਨ ਬਣਾਇਆ ਪੰਜਾਂ ਕੁੰਡਿਆਂ 'ਤੇ, ਇਹ ਕੁੰਡੇ ਆ ਜਿਹੜੇ ਸਾਡੇ ਇਹ ਸਿੱਧੇ ਬਣਨਗੇ, ਅਤੇ ਆਹ ਜਿਹੜੇ ਪੰਜ ਕੁੰਡੇ ਪੁੱਠੇ ਆ ਇਹ ਪੁੱਠੇ ਬਣਨਗੇ। ਇਸੇ ਤਰ੍ਹਾਂ ਸਾਰੀ ਸਿਲਾਈ ਬਣੂਗੀ। ਉੱਧਰੋਂ ਅਸੀਂ ਜਦੋਂ ਪੁੱਠੀ ਸਿਲਾਈ ਬਣਾ ਕੇ ਆਵਾਂਗੇ ਤਾਂ ਫਿਰ ਅਗਲੀ ਸਿੱਧੀ ਸਿਲਾਈ ਦੇ ਵਿੱਚ ਇਹ ਡਿਜ਼ਾਇਨ ਪਊਗਾ। ਇਹ ਆਈ ਚੌਥੀ ਸਿਲਾਈ ਦੇ ਵਿੱਚ ਡਿਜ਼ਾਇਨ ਬਣਦਾ, ਤਿੰਨ ਸਿਲਾਈਆਂ ਵਿੱਚ ਦੀ ਫੋਕੀਆਂ ਹੀ ਪੈ ਜਾਂਦੀਆਂ, ਇਹਨਾਂ 'ਤੇ ਸਿੱਧੇ ਪੈ ਜਾਂਦੇ ਆ ਅਤੇ ਇਹਨਾਂ 'ਤੇ ਪੁੱਠੇ ਪੈ ਜਾਂਦੇ, ਪੁੱਠੇ ਕੁੰਡਾਂ 'ਤੇ, ਅਤੇ ਪੁੱਠੀ ਸਿਲਾਈ ਜਿਹੜੀ ਸਾਰੀ ਪੁੱਠੀ ਦੀ ਪੁੱਠੀ ਪੈਂਦੀ ਹੈ ਜੀ। ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ। ਇਸੇ ਤਰ੍ਹਾਂ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ, ਸ਼ੇਅਰ ਅਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ। ਹੋਰ ਜਾਣਕਾਰੀ ਲਈ ਵੀ ਸਾਨੂੰ ਕਮੈਂਟ ਕਰਦੇ ਰਿਹਾ ਕਰੋ। ਧੰਨਵਾਦ ਜੀ।